ਹਾਈਲਾਈਟ ਹੋਣ ਤੋਂ ਬਾਅਦ ਵੀ ਸਰਕਾਰ ਦੇ ਹਜੇ ਤੱਕ ਕੋਈ ਨੀ ਗਾ ਜੀ ਦੇਖੋ ਮੇਰੇ ਬਿਆਨਾਂ ਦੇ ਬੱਚਾ ਨੀ ਹੋਇਆ ਜੀ ਜਿਹੜੀ ਮੈਂ ਉਦੋਂ ਮੈਨੂੰ ਐਵੇਂ ਉਹਨਾਂ ਬੈਠੇ ਨੀ ਲਿਖ ਦਿੰਦੇ ਜਿੱਦਾਂ ਚਲੋ ਉਹ ਮੇਰਾ ਉਹ ਸਾਈਨ ਕਰਵਾ ਕੇ ਲੈ ਕੇ ਨਾ ਕੋਈ ਨਾਮ ਮੇਰਾ ਪਤਾ ਨਹੀਂ ਅਰਪਿਤ ਸਤਿ ਸ਼੍ਰੀ ਅਕਾਲ यार तुहानू एक इंसिडेंट पता होना जो सुने अमृतसर होया कि एन आर आई का विआह सी विआह दे विच लोगों ने आके उत्थे गोलियां चलाईयां तो की हर केस रजिस्टर नहीं होया तेनू माजा नहीं केस रजिस्टर नहीं होया इन्हां जिन्हां दे जिन्हां विआह सी उन्हां दे करता केस हुण मैं हैरान है यार एन आर आई है सारी फैमिलीज आई है सारे उन्होंने केस रजिस्टर करता मैं उन्होंने घरे बैठा यार व्हाट इमेज यू डिड सेंड ऑफ आवर स्टेट यार एडी माड़ी इमेज आऊगी कि पुलिस का इतना हाल है विआह उन्होंने बेचारे का विआह बेचारे का उन्होंने गोलियां मतलब 100 गोलियां चलाईया धक्के किए ते बाद कमिश्नर ने रजिस्टर केस अगेंस्ट देम कोई नहीं दिता जी कोई नहीं दिता इन्होंने बेचारे भी देता क्रॉस देता हाँ जस्ट इंश्योर एंड जरा कराओ यार थैंक यू ਵਿਆਹ ਕਰਨ ਵਾਸਤੇ ਆਏ ਆਪਣੀ ਫੈਮਿਲੀ ਪੂਰੀ ਫੈਮਿਲੀ ਐਨ ਆਰ ਆਈ ਇੱਥੇ ਆਏ ਤੇ ਇਹਨਾਂ ਨੂੰ ਅਟੈਕ ਕਰ ਗਏ ਤੇ ਉਹਦੇ ਬਾਅਦ ਜਦੋਂ ਇਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੇ ਇਹਨਾਂ ਦੀ ਕੰਪਲੇਂਟ ਲੈਣ ਦੀ ਬਜਾਏ ਇਹਨਾਂ ਦੇ ਕੇਸ ਕਰ ਦਿੱਤਾ ਇਹਦਾ ਮਤਲਬ ਉਹ ਪੈਟਨਾਈਜ਼ ਹੋ ਰਹੇ ਸੀ ਜਿਹੜਾ ਗੈਂਗਸਟਰ ਸੀ ਸਾਰੇ ਪੁਲਿਸ ਦੇ ਪੈਟਨਾਈਜ਼ ਕਰਦੇ ਕੀਤੇ ਸੀ ਇਹ ਮੈਨੂੰ ਜਦੋਂ ਪਤਾ ਲੱਗਿਆ ਮੈਨੂੰ ਬੜਾ ਦੁੱਖ ਲੱਗਿਆ ਕਿ ਆਪਣੇ ਪੰਜਾਬ ਸੂਬੇ ਦੀ ਐਡੀ ਰੈਪੂਟੇਸ਼ਨ ਖਰਾਬ ਜਾਊਗੀ ਮੈਂ ਕਿਹਾ ਇਹਨਾਂ ਨੂੰ ਅਪੋਲੋਜਾਈਜ਼ ਕਰਨ ਵਾਸਤੇ ਮੈਂ ਇਹਨਾਂ ਦੇ ਘਰੇ ਆਇਆ ਕਿ ਸਾਡੇ ਸੂਬੇ 'ਚ ਆ ਹੋਇਆ ਮੈਂ ਹੁਣ ਪੁਲਿਸ ਕਮਿਸ਼ਨਰ ਨਾਲ ਵੀ ਅਤੇ ਲਾਅ ਐਂਡ ਆਰਡਰ ਜਿਹੜਾ ਹੈੱਡ ਹੈ ਪੰਜਾਬ ਪੁਲਿਸ ਦਾ ਉਹਨਾਂ ਗੱਲ ਕੀਤੀ ਹੈ ਮੈਂ ਕਿਹਾ ਜੀ ਆਹ ਇੱਜ਼ਤ ਸੂਬੇ ਦੀ ਇੱਜ਼ਤ ਦਾ ਸਵਾਲ ਹੈ ਆਹ ਆਪਣੇ ਮਹਿਮਾਨ ਹੈ ਆਪਣੇ ਮਹਿਮਾਨ ਪੰਜਾਬ 'ਚੋਂ ਬਾਹਰੋਂ ਆਏ ਹੈ ਇਹਨਾਂ ਦੇ ਬੱਚੇ ਜਿਹੜੇ ਪਹਿਲੀ ਵਾਰ ਜ਼ਿੰਦਗੀ 'ਚ ਇੰਡੀਆ ਆ ਰਹੇ ਆ ਪੰਜਾਬ ਆ ਰਹੇ ਹੈ ਕੀ ਇੰਪਰੈਸ਼ਨ ਲੈ ਕੇ ਜਾਣਗੇ ਅੱਗੇ ਤੋਂ ਕੀ ਗੱਲ ਕਹਿਣਗੇ ਆਪਣੇ ਸੂਬੇ ਬਾਰੇ ਸੋ ਐਜ਼ ਔਨ ਦ ਰੈਪੂਟੇਸ਼ਨ ਆਫ ਟੂ ਸੇਵ ਦ ਰੈਪੂਟੇਸ਼ਨ ਆਫ ਪੀਪਲ ਆਫ ਆਵਰ ਸਟੇਟ ਆਈ ਪਰਸਨਲੀ ਕਮ ਐਂਡ ਅਪੋਲੋਜਾਈਜ਼ ਟੂ ਦੈਮ ਤੇ ਮੈਂ ਪੁਲਿਸ ਕਮਿਸ਼ਨਰ ਤੇ DGP ਸਾਹਿਬ ਨੂੰ ਵੀ ਬੇਨਤੀ ਕਰਾਂਗਾ DGP ਸਾਹਿਬ ਇਟ ਇਜ਼ ਅ ਮੈਟਰ ਆਫ ਪ੍ਰਾਈਡ ਐਂਡ ਮੈਟਰ ਆਫ ਕੀਪਿੰਗ ਦ ਪ੍ਰਾਈਡ ਆਫ ਦ ਸਟੇਟ ਹਾਈ ਪਲੀਜ਼ ਟੇਕ ਐਕਸ਼ਨ ਇਮੀਡੀਏਟਲੀ ਅਦਰਵਾਈਜ਼ ਆਰ ਹੋਲ ਪਾਰਟੀ ਐਂਡ ਵੀ ਵਿਲ ਗੈਟ ਆਲ ਸਿਟੀਜ਼ਨਸ ਟੁਗੈਦਰ ਐਂਡ ਵੀ ਵਿਲ ਫਾਈਟ ਦੈਮ ਐਂਡ ਜਿਹੜਾ ਸਭ ਤੋਂ ਮਾੜੀ ਗੱਲ ਹੈ ਕਿ ਇਹਨਾਂ ਦੇ ਪਰਚਾ ਦੇ ਦਿੱਤਾ ਤੁਸੀਂ ਵਿਆਹ ਮੇਰੇ ਘਰੇ ਫੰਕਸ਼ਨ ਹੈ ਮੇਰੇ ਘਰੇ ਫੰਕਸ਼ਨ ਤੇ ਕੋਈ ਅਟੈਕ ਕਰ ਦਿੰਦਾ ਹੈ ਤੇ ਮੇਰੇ ਘਰ ਦੇ ਬੰਦਿਆਂ ਦੇ ਕੋਈ ਜੇ ਤੁਸੀਂ ਪਰਚਾ ਦੇ ਦੋਗੇ ਆ ਕਿੱਥੋਂ ਦਾ ਇਨਸਾਫ ਹੈ ਆ ਸਾਰਾ ਇਲੀਗਲ ਐਕਟ ਕੀਤਾ ਗਿਆ ਪੁਲਿਸ ਨੇ ਧੱਕਾ ਕੀਤਾ ਹੈ ਐਂਡ ਸ਼੍ਰੋਮਣੀ ਅਕਾਲੀ ਦਲ ਵਿਲ ਨੈਵਰ ਐਕਸੈਪਟ ਦਿਸ ਮੈਂ ਆਪਣੇ ਪਾਰਟੀ ਜੀ ਨੂੰ ਵੀ ਕਿਹਾ ਤੇ ਆਲ ਟਿਕਟ ਆਪ ਐਟ ਆਲ ਲੈਵਲਸ ਪਰ ਸਰ ਜਿਸ ਤਰੀਕੇ ਨਾਲ ਸ਼ਰਾਬ ਦੀ ਗੁੰਡਾਗਰਦੀ ਇੱਕ ਤਰ੍ਹਾਂ ਦੀ ਸਭ ਨੇ ਮਾਫੀਆ ਗੁੰਡਾਗਰਦੀ ਦੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਕਾਨੂੰਨ ਨਹੀਂ ਕੋਈ ਕਾਨੂੰਨ ਨਹੀਂ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਇਹ ਇਕੱਲੇ ਇਸ ਠੇਕੇ ਤੋਂ ਤੁਸੀਂ ਲੈਣਾ ਪੰਜਾਬ ਵਿੱਚ ਕਿਤੋਂ ਮਰਜ਼ੀ ਤੁਸੀਂ ਖਰੀਦ ਸਕਦੇ ਹੋ ਸ਼ਰਾਬ ਐਸ ਪਰ ਐਕਟ ਐਸ ਪਰ ਲਾਅ ਤੇ ਫਿਰ ਕਿਵੇਂ ਤੁਸੀਂ ਆ ਕੇ ਗੁੰਡਾਗਰਦੀ ਕਰ ਸਕਦੇ ਹੋ ਸਾਡੇ ਠੇਕੇ ਤੋਂ ਖਰੀਦੀ ਹੈ ਸਾਡੇ ਤੋਂ ਨਹੀਂ ਕੀਤੀ ਹੈ ਆ ਸਾਰੀ ਗੁੰਡਾਗਰਦੀ ਅਫਸਰ ਐਕਸਾਈਜ਼ ਅਫਸਰਾਂ ਨਾਲ ਮਿਲ ਕੇ ਪੁਲਿਸ ਨਾਲ ਮਿਲ ਕੇ ਹੋ ਰਹੀ ਹੈ ਪੰਜਾਬ ਸਰਕਾਰ ਦੇ ਸਵਾਲ ਵੀ ਵੱਡੇ ਹੁੰਦੇ ਨੇ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਸਫਾਇਆ ਕਰਦੇ ਪਏ ਹਾਂ ਜਿਨ੍ਹਾਂ ਹੱਥ ਦੇ ਵਿੱਚ ਟੀਕੇ ਸੀਗੇ ਗੋਲੀਆਂ ਸੀਗੀਆਂ ਅਸੀਂ ਟਿਫਨ ਫਰਾਨੇ ਪਏ ਹਾਂ ਇਸ ਤੇ ਕੀ ਮੈਂ ਇਸ਼ੂ ਨੂੰ ਇੰਟੈਂਸ਼ਨ ਕੋਈ ਪੋਲੀਟਿਕਸ ਖੇਡਣ ਦਾ ਨਹੀਂ ਹੈ ਕੋਈ ਇੰਟੈਂਸ਼ਨ ਨਹੀਂ ਹੈ ਨਾ ਇਸ਼ੂ ਪੋਲੀਟਿਸਾਈਜ਼ ਕਰਨ ਦਾ ਕਿਉਂਕਿ ਆ ਐਜ਼ ਹਿਊਮਨ ਆਈ ਫੈਲਟ ਬੈਡ ਕਿ ਸਾਡੇ ਸਟੇਟ ਚ ਕੋਈ ਐਨ ਆਰ ਆਈ ਆਏ ਉਹਨਾਂ ਨਾਲ ਹੋਇਆ ਇਸ ਰੀਜ਼ਨ ਕਰਕੇ ਮੈਂ ਐਂਡ ਮੈਂ ਚਾਹੁੰਦਾ ਨਹੀਂ ਕਿ ਇਹਨੂੰ ਪੋਲੀਟਿਕਸ ਦੀ ਤਰਫ ਲਿਆ ਜਾਏ
ਕਿਉਂਕਿ ਹਲੇ ਸਾਡੇ ਕੋਲ ਬਹੁਤ ਇਸ਼ੂਜ਼ ਆ ਪੋਲਿਟਿਕਸ ਵਾਰ ਬਟ ਐਸ ਇਸ਼ੂ ਚ ਨਹੀਂ ਯੂ ਸ਼ੋਡ ਐਨੀ ਹੈਲਪ ਟੂ ਦਿਸ ਟਾਈਮ ਮੈਂ ਅਸ਼ੋਰ ਕੀਤਾ ਮੈਂ ਕਿਹਾ ਮੈਂ ਆਪਣੇ ਯੂਨੀਅਨ ਨੂੰ ਕਿਹਾ ਕਿਉਂਕਿ ਇਹ ਬਾਹਰੋਂ ਆਏ ਇਹਨਾਂ ਨੂੰ ਸਾਰੇ ਰੂਲਸ ਐਂਡ ਰੈਗੂਲੇਸ਼ਨ ਨਾ ਪਤਾ ਹੋਣ ਤੇ ਮੈਂ ਇਹਨਾਂ ਨੂੰ ਆਪਣੇ ਸਾਰੇ ਯੂਨੀਅਨ ਨੂੰ ਕਿਹਾ ਤੁਸੀਂ ਜਿੱਥੇ ਵੀ ਜਾਣਾ ਪਏ ਯੂ ਗੋ ਵਿਦ ਦੈਮ ਸਪੋਰਟ ਦੈਮ ਐਂਡ ਜਿੱਥੇ ਮੇਰੀ ਲੋੜ ਹੋਏ ਮੈਨੂੰ ਦੱਸੋ ਮੈਂ ਵੀ ਇਹਨਾਂ ਨਾਲ ਪੁੱਛਣਾ ਸ਼ੁਕਰੀਆ ਚਲੋ ਇਦਾਂ ਦੇ ਮੈਨੂੰ ਬੈਂਟ